ਸ਼੍ਰੀਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0। ਇੱਕ ਛੋਟੀ ਜਿਹੀ ਨਿਊਜ਼ ਤੇ ਖੁਸ਼ਖਬਰੀ ਵੀ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਮੈਰੀਟੋਰੀਅਸ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਸੀ। ਇੱਕ ਨਵਾਂ ਨੋਟੀਫਿਕੇਸ਼ਨ ਨਿਕਲਿਆ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ, ਇਹਨਾਂ ਵੱਲੋਂ। ਅਤੇ ਉਹਦੇ ਵਿੱਚ ਹੈ ਕੀ ਹੈ, ਮੇਨ ਸਬਜੈਕਟ ਇਹੀ ਗੱਲ ਲੱਗਦਾ ਹੈ, ਨੌਵੀਂ ਕਲਾਸ 'ਚ ਐਡਮਿਸ਼ਨ ਤਲਵਾਰਾ ਸਕੂਲ ਦੇ ਵਿੱਚ, ਪਲੱਸ 1 ਅਤੇ ਪਲੱਸ 2 ਦੀਆਂ ਐਡਮਿਸ਼ਨਾਂ ਸਾਰ ਦੇ ਸਾਰੇ ਮੈਰੀਟੋਰੀ ਸਕੂਲ ਦੇ ਵਿੱਚ 2021-22 ਦੇ ਵਾਸਤੇ ਉਹ ਸ਼ੁਰੂ ਕਰਨ ਲੱਗੇ ਨੇ। ਰਜਿਸਟ੍ਰੇਸ਼ਨ ਵਾਸਤੇ ਜਿਹੜੀ ਡੇਟ ਹੈ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਦਵਾਂ, ਮੇਨ ਮੇਨ ਗੱਲਾਂ ਜਿਹੜੀਆਂ ਹੈਗੀਆਂ ਨੇ, 9 ਮਾਰਚ ਤੋਂ 31 ਮਾਰਚ ਲਾਸਟ ਡੇਟ ਹੈ, 9 ਮਾਰਚ ਸ਼ੁਰੂਆਤ ਹੈ, 9 ਮਾਰਚ ਤੋਂ ਰਜਿਸਟ੍ਰੇਸ਼ਨਸ ਓਪਨ ਹੋਣਗੀਆਂ, 31 ਮਾਰਚ ਤੱਕ ਰਜਿਸਟ੍ਰੇਸ਼ਨਸ ਚੱਲਣਗੀਆਂ ਜੀ। ਹੋਰ ਖਾਸ ਗੱਲਾਂ ਤੁਹਾਡੇ ਵਾਸਤੇ, ਬਾਕੀ ਮੈਂ ਤੁਹਾਨੂੰ ਓਫੀਸ਼ੀਅਲ ਲੈਟਰ ਵੀ ਦਿਖਾ ਦਿੰਦਾ ਹੁਣ ਅੱਗੇ। ਹੋਰ ਖਾਸ ਗੱਲਾਂ ਇਹੀ ਹੈ ਕਿ ਪਲੱਸ 1 ਦੇ ਵਾਸਤੇ ਕਹਿੰਦੇ 10% ਸੀਟਾਂ ਰਿਜ਼ਰਵ ਨੇ, ਹੂ ਹੋਲਡ ਸਮਾਰਟ ਕਾਰਡ ਜਿਨ੍ਹਾਂ ਕੋਲ ਹੈਗੇ ਨੇ, ਐਂਡ 10% ਰਿਜ਼ਰਵ ਨੇ ਹੋਰ ਜਿਹੜੇ ਡਿਸੇਬਲਡ ਗਰਲ ਸਟੂਡੈਂਟ ਹੋਣਗੀਆਂ, 5% ਰਿਜ਼ਰਵ ਨੇ ਜਿਹੜੇ ਡਿਸੇਬਲਡ ਬੋਆਏ ਸਟੂਡੈਂਟ ਨੇ ਜੀ। ਬਾਕੀ ਵੂਮੈਨ ਹਾਊਸ ਹੋਲਡ ਫੋਰ ਗਰਲ ਸਟੂਡੈਂਟ ਵਾਸਤੇ, ਉਹਨਾਂ ਵਾਸਤੇ ਵੀ ਰਿਜ਼ਰਵ ਨੇ ਕੁਝ ਸੀਟਾਂ। ਅਤੇ ਇੱਕ ਚੀਜ਼ ਹੋਰ ਜਿਹੜੀ ਤੁਹਾਡੇ ਵਾਸਤੇ ਕੰਮ ਦੀ ਹੈ, ਇਹਦਾ ਟੈਸਟ ਇਹਨਾਂ ਨੇ ਲਿਖਿਆ ਪਿਆ ਸੀ ਕਿ ਹਾਂ, ਡਿਊਰੇਸ਼ਨ ਆਫ ਦਾ ਕੁਐਸਚਨ ਪੇਪਰ ਵਿਲ ਬੀ 2 ਆਵਰਸ, 100 ਮਾਰਕਸ ਦਾ ਟੈਸਟ ਹੋਏਗਾ, 2 ਘੰਟੇ ਦਾ ਟੈਸਟ ਹੋਏਗਾ। ਟੈਸਟ ਹੋਏਗਾ ਜੀ ਇੰਗਲਿਸ਼, ਸਾਇੰਸ, ਮੈਥ ਵਿੱਚੋਂ 8ਵੀਂ ਕਲਾਸ ਦੇ ਵਿੱਚੋਂ ਜਿਨ੍ਹਾਂ ਨੇ 9ਵੀਂ 'ਚ ਐਡਮਿਸ਼ਨ ਲੈਣੀ ਹੈ ਤਲਵਾਰਾ ਸਕੂਲ ਦੇ ਵਿੱਚ। ਅਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਦੀ ਮੈਂ ਡਿਟੇਲ ਵੈਸੇ ਤੁਹਾਨੂੰ ਮੈਂ ਦੱਸ ਦੂੰਗਾ, ਤੁਹਾਨੂੰ ਹਲਕਾ ਹਲਕਾ ਦੱਸ ਰਿਹਾ ਫਿਲਹਾਲ। 30, 35, 35 ਨੰਬਰ ਦਾ ਟੈਸਟ ਹੈ, 30 ਨੰਬਰ ਇੰਗਲਿਸ਼ ਵਿੱਚੋਂ, ਸਾਇੰਸ ਦੇ ਵਿੱਚੋਂ 35 ਅਤੇ ਮੈਥ ਵਿੱਚੋਂ 35, ਕੁੱਲ ਮਿਲਾ ਕੇ 100 ਨੰਬਰ ਦਾ ਟੈਸਟ। ਬਾਕੀ 11th ਕਲਾਸ ਵਾਸਤੇ ਵੀ ਐਵੇਂ ਹੀ ਹਾਲ ਹੈ, 10ਵੀਂ ਵਿੱਚੋਂ ਉਹ ਕਲਾਸ 'ਚੋਂ ਟੈਸਟ ਲੈਣਗੇ 10ਵੀਂ ਦੇ ਸਿਲੇਬਸ ਵਿੱਚੋਂ, 30, 35, 35 ਕਰਕੇ। ਅਤੇ ਉਸ ਤੋਂ ਬਾਅਦ 12ਵੀਂ ਕਲਾਸ ਵਾਸਤੇ ਜਿਹੜਾ ਟੈਸਟ ਹੋਏਗਾ ਉਹ 11th ਦੀ ਸਟਰੀਮ ਦੇ ਬੇਸ 'ਤੇ ਹੋਏਗਾ। ਮਤਲਬ ਤੁਸੀਂ ਸਮਝ ਸਕਦੇ ਹੋ, ਜਿਹੜੇ 11ਵੀਂ ਵਾਲੇ ਬੱਚੇ ਆਪਣੇ ਕੀ ਕਹਿੰਦੇ ਹਾਂ ਕਮਰਸ 'ਚ ਸੀਗੇ, ਉਹਨਾਂ ਦਾ ਟੈਸਟ ਕਮਰਸ ਵਿੱਚੋਂ ਹੋਏਗਾ, ਜਿਹੜੇ ਸਾਇੰਸ ਵਾਲੇ ਸੀ ਉਹਨਾਂ ਦਾ ਟੈਸਟ ਸਾਇੰਸ ਸਬਜੈਕਟਸ ਵਿੱਚੋਂ ਹੋਏਗਾ। ਹੋਰ ਪਾਸ ਹੋਣ ਵਾਸਤੇ 33% ਹਰ ਸਬਜੈਕਟ ਵਿੱਚੋਂ ਚਾਹੀਦੇ ਨੇ ਤੁਹਾਨੂੰ, ਜਿਹੜੇ ਇਹਨਾਂ ਨੇ 3 ਵੰਡੇ ਪਏ ਨੇ। ਇੱਕ ਗੱਲ ਹੋਰ, 50% ਐਗਰੀਗੇਟ ਮਾਰਕਸ ਚਾਹੀਦੇ ਨੇ। ਮਤਲਬ ਇਹ ਲਗਾ ਲਓ ਕਿਸੇ ਸਬਜੈਕਟ 'ਚ ਤੁਹਾਡੇ 33% ਆਉਂਦੇ ਪਏ ਨੇ, ਕਿਸੇ ਵਿੱਚੋਂ 70 ਆਉਣ, 60 ਆਉਣ, ਤਾਂ ਓਵਰਆਲ ਤੁਹਾਡੇ 50% ਐਗਰੀਗੇਟ ਮਾਰਕਸ ਜ਼ਰੂਰ ਚਾਹੀਦੇ ਨੇ। ਇਹਦੀ ਭਰਨ ਦੀ ਜਿਹੜੀ ਫੀਸ ਹੈ 150 ਰੁਪਏ ਫੀਸ ਹੈ ਜੀ। ਅਤੇ ਉਸ ਤੋਂ ਇਲਾਵਾ ਗੂਗਲ ਦੇ ਉੱਤੇ ਤੁਸੀਂ ਇਹ ਸਾਈਟ ਸਰਚ ਕਰ ਰਹੇ ਨਾ, ਬਾਕੀ ਮੈਂ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਵੀ ਦੇ ਦੂੰਗਾ ਸਾਈਟ ਦਾ ਨਾਮ। ਇੱਕ ਚੀਜ਼ ਹੋਰ ਵੀ, ਟੈਸਟ ਹੋਏਗਾ ਮਈ ਦੇ ਮਹੀਨੇ ਦੇ ਵਿੱਚ, ਅਪ੍ਰੈਲ ਤੁਹਾਡੇ ਕੋਲ ਤਿਆਰੀ ਕਰਨ ਵਾਸਤੇ ਹੈਗਾ, ਤਾਂ ਤਿਆਰੀ ਚੱਜ ਨਾਲ ਕਰ ਲਿਓ। ਜਦੋਂ ਵੀ ਟੈਸਟ ਦੀ ਡੇਟ ਆਏਗੀ ਤੁਹਾਨੂੰ ਮੈਂ ਅੱਗੇ ਨਿਊਜ਼ ਦੱਸ ਦੂੰਗਾ। ਚੰਗਾ ਜੀ।